ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸਰੇ ਨੂੰ ਕਈ ਵਾਰ ਸਨਮਾਨਿਤ ਕੀਤਾ ਗਿਆ, ਜਿਸ ਦੇ ਬਦਲੇ ਜਥੇਦਾਰ ਵੇਦਾਂਤੀ ਜੀ ਨੇ ਗਿਆਨੀ ਜੀ ਦੇ ਸਨਮਾਨ ਵਿੱਚ ਕੁਝ ਸ਼ਬਦ ਵੀ ਆਖੇ। ਮੇਰੇ ਪਰਮ ਮਿੱਤਰ ਜਿਤਨੇ ਵਿਦਵਾਨ ਨੇ ਉਹਨਾਂ ਚੋਂ ਮੇਰੇ ਉਹ ਇੱਕ ਬੜੇ ਸਤਿਕਾਰਯੋਗ ਅਤੇ ਪਰਮ ਮਿੱਤਰ ਨੇ, ਉਹ ਸਮੇਂ ਸਮੇਂ ਨਾਲ ਮੈਨੂੰ ਕਾਫੀ ਪ੍ਰੇਰਨਾ ਦਿੰਦੇ ਰਹੇ ਨੇ। ਮੈਂ ਵੇਖਿਆ ਜੋ ਉਹਨਾਂ ਨੇ ਗੁਰਬਾਣੀ ਦੇ ਸੰਬੰਧ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਘਾਲ ਘਾਲੀ ਹੈ, ਉਹ ਕੋਈ ਵੱਡੀ ਸੰਸਥਾ ਵੀ ਐਸਾ ਕਾਰਜ ਨਹੀਂ ਕਰ ਸਕਦੀ। ਜਿਨ੍ਹਾਂ ਨੇ ਇਕੱਲਿਆਂ ਨੇ ਉਹ ਗੁਰਬਾਣੀ ਦਾ ਸਟੀਕ 14 ਭਾਗ ਨੇ ਉਹਦੇ, ਬੜੀ ਮਿਹਨਤ ਦੇ ਨਾਲ ਉਹਨਾਂ ਨੇ ਉਹਨੂੰ ਸੰਪੂਰਨ ਕੀਤਾ। ਪਰ ਗਿਆਨੀ ਹਰਬੰਸ ਸਿੰਘ ਜੀ ਹੋਰਾਂ ਨੇ ਬਹੁਤ ਮਿਹਨਤ ਕਰਕੇ ਬਹੁਤ ਸਾਰੇ ਜਿਹੜੇ ਮਸਲੇ ਸਨ ਗੁਰਬਾਣੀ ਦੇ ਉਹਨਾਂ ਨੂੰ ਵੀ ਸੁਲਝਾਉਣ ਦਾ ਯਤਨ ਕੀਤਾ। ਇਕੱਲਿਆਂ ਨੇ ਕਾਰਜ ਕੀਤਾ ਹੈ, ਬਹੁਤ ਸ਼ਲਾਘਾਯੋਗ ਕਾਰਜ ਕੀਤਾ ਹੈ। ਔਰ ਉਹਨਾਂ ਦਾ 2006 ਦੇ ਵਿੱਚ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ। ਦਮਦਮੇ ਗੁਰੂ ਕੰਸ਼ੀ ਸਾਹਿਬ ਵਿਖੇ ਵੀ ਉਹਨਾਂ ਦਾ ਸਨਮਾਨ ਕੀਤਾ ਗਿਆ। ਹੋਰ ਵੀ ਸੰਸਥਾਵਾਂ ਨੇ ਉਹਨਾਂ ਦਾ ਸਤਿਕਾਰ ਕੀਤਾ ਹੈ, ਔਰ ਵਾਕਈ ਉਹ ਸਤਿਕਾਰਯੋਗ ਸਨ। ਹੁਣ ਵੀ ਮੈਂ ਪਿਛਲੇ ਸਮੇਂ ਗਿਆ ਸੀ ਉਹਨਾਂ ਨੂੰ ਮਿਲਿਆ, ਔਰ ਫਿਰ ਵੀ ਮਿਲਣ ਦਾ ਕੋਈ ਯਤਨ ਕਰਦੇ ਹਾਂ ਕਿ ਸਮੇਂ ਸਮੇਂ ਅਸੀਂ ਆਪੋ ਪਿੱਛੇ ਸਾਂਝਾ ਕਰਦੇ ਰਹਿੰਦੇ ਹਾਂ। ਅਤੇ ਗੁਰਬਾਣੀ ਦੀਆਂ ਕਈ ਗੱਲਾਂ ਐਸੀਆਂ ਬਰੀਕੀ ਉਹ ਰਹਿ ਗਈਆਂ ਨੇ ਜਿਹੜੀਆਂ ਕਿ ਅਜੇ ਕਰਨ ਯੋਗ ਸਨ, ਪਰ ਉਹਨਾਂ ਨੇ ਜੋ ਇਕੱਲਿਆਂ ਨੇ ਇੰਨੀ ਮਿਹਨਤ ਕਰਕੇ ਗੁਰਬਾਣੀ ਦੇ ਤੁਲਾਤਮਕ ਅਧਿਐਨ ਦਾ ਬੀੜਾ ਚੁੱਕਿਆ ਸੀ, ਆਰੰਭ ਕੀਤਾ ਸੀ, ਉਹਨੂੰ ਸੰਪੂਰਨ ਕੀਤਾ। ਹੋਰ ਵੀ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਉਹਨਾਂ ਨੇ ਲਿਖੀਆਂ ਨੇ। ਉਹ ਇੱਕ ਨਿਰਵਾਣ ਬਾਣੀ ਪੜ੍ਹਨ ਵਾਲੇ, ਗੁਰਬਾਣੀ ਦੇ ਗੋਝ ਰਹੱਸਾਂ ਨੂੰ ਸਮਝਣ ਵਾਲੇ, ਔਰ ਪਿਆਰ ਵਾਲੇ, ਭਾਵਨਾ ਵਾਲੇ ਔਰ ਸ਼ਰਧਾਵਾਨ ਗੁਰਸਿੱਖ ਨੇ। ਅਤੇ ਮੈਂ ਉਹਨਾਂ ਦੇ ਸੰਬੰਧ ਵਿੱਚ ਗੁਰੂ ਚਰਨਾਂ 'ਚ ਅਰਦਾਸ ਵੀ ਕਰਾਂਗਾ ਕਿ ਸਤਿਗੁਰੂ ਪਾਤਸ਼ਾਹ ਜਿਤਨੇ ਉਹਨਾਂ ਨੂੰ ਸਵਾਸ ਦਿੱਤੇ ਨੇ ਉਹ ਸੁਖਾਲੇ ਔਰ ਪ੍ਰਭੂ ਚਿੰਤਨ ਦੇ ਵਿੱਚ ਉਹ ਆਪਣੀ ਜ਼ਿੰਦਗੀ ਬਤੀਤ ਕਰਨ, ਔਰ ਹੋਰ ਵੀ ਜਿਹੜੇ ਕੁਝ ਆਰੰਭ ਕੀਤੇ ਉਹਨਾਂ ਨੇ ਕਾਰਜ ਉਹ ਵੀ ਸੰਪੂਰਨ ਕਰਨ ਦੀ ਕਿਰਪਾਲਤਾ ਕਰਨ। ਮੈਂ ਸ਼ੁਭ ਕਾਮਨਾ ਕਰਾਂਗਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ, ਵੀਰੀ ਪੀਰੀ ਦੇ ਮਰ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਉਹਨਾਂ ਨੂੰ ਦੇਹ ਰੋਗ ਦਾ ਔਰ ਲਤੀਫ ਬੁੱਧੀ ਜਿਹੜੀ ਹੈ ਚੇਤਨਾ ਉਹਨਾਂ ਦੀ ਯਾਦ ਸ਼ਕਤੀ ਉਹਨਾਂ ਨੂੰ ਸਤਿਗੁਰੂ ਪ੍ਰਦਾਨ ਕਰਨ। ਔਰ ਹੋਰ ਵੀ ਜਿਹੜੇ ਕਾਰਜ ਕਾਫੀ ਉਹ ਲੇਖ ਨਾਮੇਮਾ ਬਾਰੇ ਵੀ ਕੁਛ ਕਰ ਰਹੇ ਸਨ ਅਤੇ ਹੋਰ ਵੀ ਉਹ ਸਮੇਂ ਸਮੇਂ ਲਿਖਦੇ ਰਹਿੰਦੇ ਨੇ। ਅਤੇ ਇੱਕ ਬਹੁਤ ਵਧੀਆ ਗੁਰਸਿੱਖ ਵਿਦਵਾਨ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਵੇਖਿਆ। ਮੈਂ